ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਖਵਿੰਦਰ ਸਿੰਘ ਹੈ। ਅਸੀਂ ਤਿੰਨ ਭਰਾ ਵਾਂ, ਇੱਕ ਸਿਸਟਰ ਆ ਅਤੇ ਮੈਂ ਹਾਂ, ਅਤੇ ਮੰਮੀ ਡੈਡੀ ਹੈ ਨਹੀਂ ਗੇ। ਅਤੇ ਅਸੀਂ ਮੈਂ ਇੱਥੇ ਮਨੁੱਖਤਾ ਦੀ ਸੇਵਾ ਵਿੱਚ ਰਹਿੰਦਾ ਵਾਂ। ਅਤੇ ਮੈਂ ਪਹਿਲਾਂ ਸਕੂਲ ਵਿੱਚ ਬਹੁਤ ਸਾਰੇ ਮਤਲਬ ਕਿ ਕੰਪੀਟੀਸ਼ਨ ਡਰਾਇੰਗ ਦੇ ਕੀਤੇ ਪਾਰਟੀਸਪੇਟ ਕੀਤਾ ਸੀਗਾ। ਉਹਨਾਂ ਵਿੱਚੋਂ ਮੇਰੀ ਫਸਟ ਸੈਕਿੰਡ ਪੁਜੀਸ਼ਨ ਆਉਂਦੀ ਰਹੀ ਆ। ਅਤੇ ਹੁਣ ਮੈਂ ਡਾਂਸ ਵਿੱਚ KKHD ਵਿੱਚ ਪਾਰਟੀਸਪੇਟ ਕੀਤਾ ਸੀ। ਮੈਂ ਪਲੱਸ ਟੂ 8 ਜਮਾਤ ਦਾ ਵਿਦਿਆਰਥੀ ਹਾਂ। ਮੇਰੇ ਸਕੂਲ ਦਾ ਨਾਮ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ਹੈ। ਤੁਸੀਂ ਜਾਣਦੇ ਹੋ ਵੀ ਅੱਜ ਕੰਪਿਊਟਰ ਦਾ ਸਮਾਂ ਚੱਲ ਰਿਹਾ, ਕੰਪਿਊਟਰ ਦਾ ਯੁੱਗ ਆ। ਅਸੀਂ ਹਰ ਵਕਤ ਕੰਪਿਊਟਰ ਨਾਲ ਜਾਂ ਮੋਬਾਈਲ ਨਾਲ ਅਟੈਚ ਰਹਿੰਦੇ ਹਾਂ, ਅਤੇ ਅਸੀਂ ਇਹਨਾਂ ਤੋਂ ਕੰਪਿਊਟਰ ਤੋਂ ਬੜੀਆਂ ਸੇਵਾਵਾਂ ਲੈਂਦੇ ਹਾਂ। ਇੰਟਰਨੈਟ ਯੂਜ਼ ਕਰਦੇ ਹਾਂ, ਇੰਟਰਨੈਟ ਤੋਂ ਅਸੀਂ ਬੜੀਆਂ ਫੈਸਿਲਿਟੀਜ਼ ਲੈਂਦੇ ਹਾਂ, ਪਰ ਇਹਦੇ ਨਾਲ ਨਾਲ ਸਾਨੂੰ ਸਾਈਬਰ ਕ੍ਰਾਈਮ ਦਾ ਵੀ ਸਾਹਮਣਾ ਕਰਨਾ ਪੈਂਦਾ। ਸਾਈਬਰ ਕ੍ਰਾਈਮ ਕੀ ਆ? ਵੀ ਤੁਹਾਡੀ ਕੋਈ ਵੀ ਇਨਫੋਰਮੇਸ਼ਨ ਕੋਈ ਫਰੋਡ ਬੰਦਾ ਸਕੈਮ ਕਰਕੇ ਚੁਰਾ ਸਕਦਾ, ਜਿੱਥੋਂ ਤੁਹਾਡੇ ਬੈਂਕ ਖਾਤਿਆਂ ਨੂੰ ਜਾਂ ਹੋਰ ਤੁਹਾਡੀ ਪਰਸਨਲ ਇਨਫੋਰਮੇਸ਼ਨ ਨੂੰ ਖਤਰਾ ਹੋ ਸਕਦਾ।
ਇਹਨਾਂ ਤੋਂ ਬਚਿਆ ਕਿਵੇਂ ਜਾ ਸਕਦਾ ਪੁੱਤ? ਅਸੀਂ ਹਰ ਵੇਲੇ ਸਾਨੂੰ ਸਾਈਬਰ ਕ੍ਰਾਈਮ ਦੇ ਪ੍ਰਤੀ ਸੁਚੇਤ ਰਹਿਣਾ ਪਵੇਗਾ ਤਾਂ ਕਿ ਅਸੀਂ ਇਹਨਾਂ ਹੋਣ ਵਾਲੇ ਖਤਰਿਆਂ ਤੋਂ ਬਚ ਸਕੀਏ, ਸਾਡਾ ਨੁਕਸਾਨ ਨਾ ਹੋਵੇ। ਕੋਈ ਵੀ ਤੁਹਾਡੇ ਨਾਲ ਤੁਹਾਡੇ ਫੋਨ 'ਤੇ ਕੋਈ OTP ਆਉਂਦਾ ਜਾਂ ਤੁਹਾਨੂੰ ਕੋਈ ਅਨਨੋਨ ਨੰਬਰ ਤੋਂ ਕਾਲ ਆਉਂਦਾ ਕਿ ਤੁਹਾਨੂੰ ਪਾਸਵਰਡ ਪੁੱਛਦਾ, ਉਹਨੂੰ ਕਦੇ ਵੀ ਸ਼ੇਅਰ ਨਹੀਂ ਕਰਨਾ ਕਿਸੇ ਨਾਲ। ਜਾਂ ਫਿਰ ਤੁਹਾਡੇ ਮੋਬਾਈਲ ਫੋਨ 'ਤੇ ਕੋਈ ਮੈਸੇਜ ਆਉਂਦਾ, ਉਹਦੇ ਨਾਲ ਕੋਈ ਲਿੰਕ ਅਟੈਚ ਹੈ, ਤਾਂ ਉਸਨੂੰ ਵੀ ਆਪਾਂ ਕਦੇ ਵੀ ਓਪਨ ਨਹੀਂ ਕਰਨਾ। ਜਦੋਂ ਹੀ ਤੁਸੀਂ ਓਪਨ ਕਰੋਗੇ ਤੁਹਾਡੀ ਸਾਰੀ ਇਨਫੋਰਮੇਸ਼ਨ ਫਰੋਡ ਕਰਨ ਵਾਲੇ ਕੋਲ ਪਹੁੰਚ ਜਾਂਦੀ ਹੈ। ਮਤਲਬ ਇਸ ਤੋਂ ਬਚਣ ਦੇ ਉਪਾਅ ਕੀ ਨੇ? ਵੀ ਅਸੀਂ ਇਹਨਾਂ ਚੀਜ਼ਾਂ ਨੂੰ ਘੱਟ ਤੋਂ ਘੱਟ ਓਪਨ ਕਰੀਏ, ਅਤੇ ਦੂਸਰਾ ਕੀ ਆ, ਕੰਪਿਊਟਰ ਵਿੱਚ ਆਪਾਂ ਐਂਟੀਵਾਇਰਸ ਇੰਸਟਾਲ ਕਰਕੇ ਰੱਖੀਏ ਤਾਂ ਕਿ ਬਾਹਰਲੇ ਹੋਣ ਵਾਲੇ ਹਮਲਿਆਂ ਤੋਂ ਬਚਿਆ ਜਾ ਸਕੇ। ਬੱਚੋ, ਜਿਵੇਂ ਜਿਵੇਂ ਬੱਚੇ ਆਪਾਂ ਨੂੰ ਕੰਪਿਊਟਰ ਦੀਆਂ ਫੈਸਿਲਿਟੀਜ਼ ਹੈਗੀਆਂ ਨੇ, ਇਹਦੇ ਨੁਕਸਾਨ ਵੀ ਬਹੁਤ ਨੇ। ਇਹਨਾਂ ਦੇ ਨੁਕਸਾਨਾਂ ਤੋਂ ਬਚਣ ਲਈ ਤੁਹਾਨੂੰ ਹਰ ਵਕਤ ਆਪਣੇ ਆਪ ਨੂੰ ਅਪਡੇਟ ਰੱਖਣਾ ਪਵੇਗਾ। ਕੰਪਿਊਟਰਾਂ ਵਿੱਚ ਐਂਟੀਵਾਇਰਸ ਅਪਡੇਟ ਰੱਖੋ, ਅਤੇ ਆਉਣ ਵਾਲੀਆਂ ਫੇਕ ਕਾਲਾਂ ਜਿਹੜੀਆਂ ਉਹਨਾਂ ਦਾ ਕੋਈ ਜਵਾਬ ਨਹੀਂ ਦੇਣਾ, ਅਤੇ ਮੈਸੇਜ ਆਉਂਦੇ ਆ ਉਹਨਾਂ ਨੂੰ ਕਿਧਰੇ ਵੀ ਕਦੇ ਟੱਚ ਨਹੀਂ ਕਰਨਾ। ਮੈਂ ਪ੍ਰਿੰਸੀਪਲ ਮਨਦੀਪ ਕੌਰ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ਲੁਧਿਆਣਾ। DD ਪੰਜਾਬੀ ਵੱਲੋਂ ਜੋ ਇੱਕ ਟੈਲੈਂਟ ਸ਼ੋਅ ਕੀਤਾ ਗਿਆ ਸੀ, ਉਸ ਦੇ ਵਿੱਚ ਸਾਡੇ +2A ਦਾ ਵਿਦਿਆਰਥੀ ਸੁਖਵਿੰਦਰ ਸਿੰਘ, ਜੋ ਕਿ ਮਨੁੱਖਤਾ ਦੀ ਸੇਵਾ ਸੁਸਾਇਟੀ ਦੇ ਵਿੱਚ ਰਹਿੰਦਾ ਹੈ, ਜਿਸ ਦੇ ਵਿੱਚ ਵੀਰ ਗੁਰਪ੍ਰੀਤ ਜੀ ਦਾ ਬਹੁਤ ਹੀ ਅਹਿਮ ਰੋਲ ਹੈ। ਇਹ ਇੱਕ ਬਹੁਤ ਹੀ ਅੱਛਾ ਅਤੇ ਹੋਣਹਾਰ ਵਿਦਿਆਰਥੀ ਹੈ, ਜਿਹੜਾ ਕਿ ਹਰ ਫੀਲਡ ਦੇ ਵਿੱਚ ਹੀ ਅੱਗੇ ਜਾ ਰਿਹਾ ਹੈ। ਇਸ ਨੇ ਜਿੱਥੇ ਇਹ ਭੰਗੜੇ ਦੇ ਵਿੱਚ ਟੈਲੈਂਟ ਸ਼ੋਅ ਦੇ ਵਿੱਚ ਫਾਈਨਲ ਦੇ ਵਿੱਚ ਪਹੁੰਚਿਆ ਹੈ, ਉਸੇ ਤਰ੍ਹਾਂ ਹੀ ਪੇਂਟਿੰਗ ਮੁਕਾਬਲੇ ਦੇ ਵਿੱਚ ਵੀ ਹਰ ਵਾਰ ਫਾਈਨਲ ਦੇ ਵਿੱਚ ਜਾਂਦਾ ਹੈ, ਫਸਟ ਪੋਜੀਸ਼ਨ ਲੈ ਕੇ ਆਉਂਦਾ ਹੈ। ਸਪੋਰਟਸ ਦੇ ਫੀਲਡ ਵਿੱਚ ਵੀ ਫੁੱਟਬਾਲ ਦਾ ਖਿਡਾਰੀ ਹੈ। ਸੋ ਹਰ ਫੀਲਡ ਦੇ ਵਿੱਚ ਹੀ ਇਹ ਵਿਦਿਆਰਥੀ ਅੱਗੇ ਜਾ ਰਿਹਾ ਹੈ। ਅਧਿਆਪਕਾਂ ਦਾ ਬਹੁਤ ਹੀ ਪਿਆਰਾ ਬੱਚਾ ਅਤੇ ਸਾਰਿਆਂ ਦੇ ਨਾਲ ਮਿਲ ਕੇ ਰਹਿਣ ਵਾਲਾ ਇੱਕ ਬਹੁਤ ਹੀ ਸਿੰਸੀਅਰ ਸਟੂਡੈਂਟ ਹੈ, ਅਤੇ ਅਸੀਂ ਕਾਮਨਾ ਕਰਦੇ ਹਾਂ ਕਿ ਇਹ ਟੈਲੈਂਟ ਸ਼ੋਅ ਜਿੱਤੇ ਅਤੇ ਸਕੂਲ ਦਾ ਨਾਮ ਰੌਸ਼ਨ ਕਰੇ। ਥੈਂਕ ਯੂ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਭ ਤੋਂ ਪਹਿਲਾਂ ਤਾਂ ਅਸੀਂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਸਨਪੁਰ ਦੇ ਪ੍ਰਿੰਸੀਪਲ, ਮੈਂ ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ DD ਪੰਜਾਬੀ ਚੈਨਲ ਦਾ ਤਹਿ ਦਿਲ ਤੋਂ ਸ਼ੁਕਰੀਆ ਕਰਦੇ ਹਾਂ। ਅਤੇ ਜਿਹੜੇ ਸਾਡੇ ਸਕੂਲ ਦੇ ਵਿੱਚ ਪਹੁੰਚੇ ਨੇ, ਸਾਨੂੰ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਕਿ ਸਾਡੇ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ ਸੰਸਥਾ ਜਿਹੜੀ ਵੀਰ ਗੁਰਪ੍ਰੀਤ ਮੈਂਟੂ ਜੀ ਅਤੇ ਸਾਥੀਆਂ ਦੇ ਵੱਲੋਂ ਚਲਾਈ ਜਾ ਰਹੀ ਆ, ਇਸੇ ਸੰਸਥਾ ਤੋਂ ਬੱਚਾ ਸੁਖਵਿੰਦਰ ਸਿੰਘ, ਜੋ +2A ਆਰਟਸ ਗਰੁੱਪ ਦਾ ਹੈ, ਜਿਨ੍ਹਾਂ ਦੇ ਇੰਚਾਰਜ ਸਾਡੇ ਬਹੁਤ ਹੀ ਸਤਿਕਾਰਯੋਗ ਮੈਡਮ ਪੋਲੀਟੀਕਲ ਸਾਇੰਸ ਵਾਲੇ ਨੇ, ਅਤੇ ਇਹ ਬੱਚਾ ਜੀ ਮੈਂ ਇੰਨਾ ਦੱਸਣਾ ਚਾਹੁੰਦਾ ਕਿਉਂਕਿ ਮੈਂ ਬਤੌਰ ਕਮਰਸ ਲੈਕਚਰਾਰ ਹਾਂ ਸਕੂਲ ਦੇ ਵਿੱਚ, ਮੈਂ ਬੱਚੇ ਦੀਆਂ ਗਤੀਵਿਧੀਆਂ ਨੂੰ ਦੇਖਦਾ ਵਾਂ, ਜਾਂਚਦਾ ਵਾਂ। ਇਹ ਬੱਚਾ ਜਿੱਥੇ ਪੜ੍ਹਾਈ ਦੇ ਵਿੱਚ ਵਧੀਆ ਹੈ, ਉੱਥੇ ਹੀ ਖੇਡਾਂ ਦੇ ਵਿੱਚ ਵੀ ਚੰਗਾ ਨਾਮਣਾ ਖੱਟ ਰਿਹਾ ਵਾ। ਸਭ ਤੋਂ ਵੱਡੀ ਗੱਲ, ਜਿਵੇਂ ਇਹ ਭੰਗੜਾ ਈਵੈਂਟ ਦੇ ਵਿੱਚ ਆਇਆ, ਸਾਨੂੰ ਬੜਾ ਬੱਚੇ 'ਤੇ ਮਾਣ ਆ। ਅਤੇ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਇਹ ਬੱਚਾ ਇੰਨੀਆਂ ਵਧੀਆ ਪੇਂਟਿੰਗ ਬਣਾਉਂਦਾ, ਚਾਹੇ ਉਹ ਆਪਣਾ ਪੇਪਰ ਦੇ ਉੱਪਰ ਨੇ, ਚਾਹੇ ਕੱਪੜੇ ਦੇ ਉੱਪਰ ਨੇ, ਇੰਨੀਆਂ ਵਧੀਆ ਪੇਂਟਿੰਗ ਬਣਾਉਂਦਾ ਅਤੇ ਮੂੰਹੋਂ ਬੋਲਦੀਆਂ ਪੇਂਟਿੰਗ ਹੁੰਦੀਆਂ। ਸੋ ਇਹ ਬੱਚਾ ਜਿੱਥੇ ਭੰਗੜੇ ਦੇ ਵਿੱਚ ਇਹਨਾਂ ਨੇ ਲਿਆ ਵਾ, ਅਤੇ ਮੈਂ ਸਮਝਦਾ ਵੀ ਇਹ ਬੱਚਾ ਹੋਰ ਵੀ ਬਹੁਤ ਜ਼ਿਆਦਾ ਬੁਲੰਦੀਆਂ ਲਊਗਾ। ਇਸੇ ਕਰਕੇ ਇਸ ਮਨੁੱਖਤਾ ਦੀ ਸੇਵਾ, ਸਭ ਤੋਂ ਵੱਡੀ ਸੇਵਾ ਸੰਸਥਾ ਦਾ ਮੈਂ ਸਮਝਦਾ ਬਹੁਤ ਹੀ ਵੱਡਾ ਸਹਿਯੋਗ ਆ, ਬਹੁਤ ਵੱਡਾ ਉਪਰਾਲਾ ਵਾ, ਜਿਨ੍ਹਾਂ ਇਹਨਾਂ ਬੱਚਿਆਂ ਨੂੰ ਮਾਂ ਬਾਪ ਦਾ, ਭੈਣਾਂ ਭਰਾਵਾਂ ਦਾ, ਸਮੁੱਚੇ ਪਰਿਵਾਰ ਦਾ ਜਿਹੜੇ ਆਸਰਾ ਬਣੇ ਨੇ। ਅਤੇ ਗੁਰਪ੍ਰੀਤ ਮਿੰਟੂ ਵੀਰ ਜੀ ਆ ਕੇ ਸਕੂਲ ਦੇ ਵਿੱਚ, ਉਹਨਾਂ ਦਾ ਪਰਿਵਾਰ ਆ ਕੇ ਸਕੂਲ ਦੇ ਵਿੱਚ ਵੀ ਇਹਨਾਂ ਦੀਆਂ
ਸਾਰੀਆਂ ਗਤੀਵਿਧੀਆਂ ਜਿਹੜੀਆਂ ਉਹ ਵੀ ਵੇਖਦੇ ਨੇ। ਸੋ ਜਿੱਥੇ ਮੈਂ ਇਸ ਬੱਚੇ ਦੇ ਪ੍ਰਤੀ, ਇਸ ਸੰਸਥਾ ਦੇ ਪ੍ਰਤੀ ਸਤਿਕਾਰ ਕਰਦਾ, ਗੁਰਪ੍ਰੀਤ ਮਿੰਟੂ ਵੀਰ ਜੀ ਅਤੇ ਸਮੁੱਚੀ ਟੀਮ ਦਾ ਬਹੁਤ ਬਹੁਤ ਸਤਿਕਾਰ ਅਤੇ ਧੰਨਵਾਦ ਕਰਦਾ। ਉੱਥੇ ਹੀ ਪ੍ਰਿੰਸੀਪਲ ਮੈਮ ਮਨਦੀਪ ਕੌਰ, ਜੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਨੇ, ਅਤੇ ਇਸ ਪਲੱਸ ਟੂ ਏ ਬੱਚੇ ਦੀ ਜੋ ਇੰਚਾਰਜ ਨੇ ਮਨਜੀਤ ਕੌਰ ਮੈਡਮ ਪੋਲੀਟੀਕਲ ਸਾਇੰਸ, ਅਤੇ ਸਮੁੱਚਾ ਸਟਾਫ ਅਤੇ ਵਿਦਿਆਰਥੀ ਸਾਰੇ ਵਧਾਈ ਦੇ ਪਾਤਰ ਕਿ ਇਹ ਬੱਚੇ ਨੇ ਇੰਨੀਆਂ ਮੱਲਾਂ ਮਾਰੀਆਂ ਨੇ। ਅਤੇ ਅਸੀਂ ਇਹੀ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਕਿ ਵਾਹਿਗੁਰੂ ਇੰਨੀ ਸਮਰੱਥਾ ਸ਼ਕਤੀ ਬਖਸ਼ਿਸ਼ ਕਰੇ ਕਿ ਇਹ ਬੱਚਾ ਇਸ ਪੰਜਾਬ ਔਰ ਵਿਸ਼ਵ ਤੋਂ ਅੱਗੇ ਲੰਘਦਾ ਹੋਇਆ, ਪੂਰੇ ਵਿਸ਼ਵ ਦੇ ਵਿੱਚੋਂ ਦੀ ਹੁੰਦਾ ਹੋਇਆ, ਖੰਡਾਂ ਬ੍ਰਹਿਮੰਡਾਂ ਦੇ ਵਿੱਚ ਇਹਦੀ ਕੀਰਤੀ ਗੂੰਜੇ, ਅਤੇ ਜੋ ਚੈਨਲ ਵਾਲੇ ਨੇ ਵੀਰ ਉਹਨਾਂ ਦੇ ਵੀ ਸਿਰ 'ਤੇ ਮਿਹਰਾ ਭਰਿਆ ਪਰਮਾਤਮਾ, ਇਸ ਤਰ੍ਹਾਂ ਹੀ ਹੱਥ ਰੱਖੇ, ਇਸ ਤਰ੍ਹਾਂ ਹੀ ਇਹ ਤਰੱਕੀਆਂ ਕਰਦੇ ਰਹਿਣ ਅਤੇ ਇਸ ਤਰ੍ਹਾਂ ਦੇ ਬੱਚਿਆਂ ਨੂੰ ਅੱਗੇ ਲਿਆਉਂਦੇ ਜਾਣ। ਅਤੇ ਬਹੁਤ ਬਹੁਤ ਤੁਹਾਡਾ ਧੰਨਵਾਦ। ਮੈਨੂੰ ਸ਼ੁਰੂ ਤੋਂ ਸ਼ੌਂਕ ਵੈਸੇ ਭੰਗੜੇ ਦਾ ਵਾ। ਅਤੇ ਵੈਸੇ ਨਾਲ ਦੀ ਨਾਲ ਮੇਰਾ ਗੇਮਾਂ 'ਚ ਵੀ ਇੰਟਰਸਟ ਆ। Thank you.
ਮੇਰੀ ਸਿਸਟਰ ਦੀ ਮੈਰਿਜ ਹੋ ਗਈ ਆ ਅਤੇ ਇੱਕ ਮੇਰੇ ਬ੍ਰਦਰ ਦੀ ਮੈਰਿਜ ਹੋਈ ਆ, ਉਹਨਾਂ ਦੇ ਦੋ ਬੇਬੀ ਨੇ, ਇੱਕ ਮੇਰਾ ਬ੍ਰਦਰ ਆ ਉਹ ਜੋਬ ਕਰਦਾ ਵਾ ਅਤੇ ਇੱਕ ਮਤਲਬ ਕਿ ਹਲੇ ਕਰ ਰਿਹਾ ਵਾ ਜੋਬ। ਮੈਂ ਵੱਧ ਤੋਂ ਵੱਧ ਤਾਂ ਡਰਾਇੰਗ ਵਿੱਚ ਡਰਾਇੰਗ ਕਰਦਾ ਰਹਿੰਦਾ ਅਤੇ ਡਾਂਸ ਵਿੱਚ ਮਤਲਬ ਭੰਗੜੇ ਮਤਲਬ ਕਿ ਇੱਥੇ ਵੀ ਕੋਈ ਹੈ ਨਾ ਪ੍ਰੋਗਰਾਮ ਹੁੰਦਾ ਤਾਂ ਮੈਂ ਇੱਥੇ ਪਾਰਟੀਸਪੇਟ ਜ਼ਰੂਰ ਕਰਦਾ ਵਾਂ। ਗੇਮਾਂ 'ਚ ਮੈਂ ਫੁੱਟਬਾਲ ਜ਼ਰੂਰ ਖੇਲ, ਮੇਰਾ ਏਮ ਹੈਗਾ ਕਿ ਮੈਂ ਐਕਟਰ ਬਣਾ, ਪੰਜਾਬੀ ਐਕਟਰ। ਮੈਂ ਮਨੁੱਖਤਾ ਦੀ ਸੇਵਾ ਵਿੱਚ 2017 'ਚੋਂ ਰਹਿ ਰਿਹਾ ਵਾਂ। ਪਹਿਲਾਂ ਮੇਰੇ ਮਦਰ ਮੇਰੀ ਸਿਸਟਰ ਦਾ ਮੈਰਿਜ ਹੋਣ ਤੋਂ ਬਾਅਦ ਮੇਰੇ ਮਦਰ ਦੀ ਡੈਥ ਹੋ ਗਈ ਸੀ, ਉਹਨਾਂ ਨੂੰ ਕੈਂਸਰ ਸੀਗਾ। ਫਿਰ ਘਰ ਵਿੱਚ ਰੋਟੀ ਪਕਾਉਣ ਵਾਲਾ ਜਾਂ ਕੁਛ ਖਾਣਾ ਬਣਾਉਣ ਵਾਲਾ ਕੋਈ ਨਹੀਂ ਸੀਗਾ, ਤਾਂ ਪਾਪਾ ਨੇ ਨਾਨੀ ਨੇ ਗੱਲ ਕੀਤੀ ਤਾਂ ਉਹਨਾਂ ਨੇ ਫਿਰ ਬ੍ਰਦਰ ਦਾ ਵਿਆਹ ਕਰਨ 'ਤੇ ਸੋਚਿਆ। ਤਾਂ ਉਹਦੀ ਥੋੜ੍ਹੀ ਮਤਲਬ ਕਿ 19 ਸਾਲ ਦਾ ਸੀ ਜਦੋਂ ਉਹਦੀ ਮੈਰਿਜ ਕਰਦੇ ਸੀ। ਫਿਰ ਉਸ ਤੋਂ ਬਾਅਦ ਪਾਪਾ ਦੀ ਡੈਥ ਹੋ ਗਈ, ਹਾਰਟ ਅਟੈਕ ਆ ਗਿਆ ਸੀ। ਤਾਂ ਉਸ ਤੋਂ ਬਾਅਦ ਸਾਨੂੰ ਇੱਕ ਵੀਰ ਮਿਲਿਆ ਸੀਗਾ, ਮਤਲਬ ਕਿ ਉਹ ਸਾਡੇ ਪਿੰਡ ਦੇ ਨਾਲ ਸੀਗਾ, ਉੱਥੇ ਟੂਰਨਾਮੈਂਟ ਲੱਗਦਾ ਸੀਗਾ ਕਬੱਡੀ ਕੱਪ। ਤਾਂ ਉਹਨਾਂ ਨੂੰ ਅਸੀਂ ਕਾਲ ਕੀਤਾ, ਉਹ ਮੇਰੇ ਭਰਾ ਦੀ ਜਾਣ ਪਛਾਣ ਸੀਗੀ, ਅਤੇ ਫਿਰ ਉਹਨਾਂ ਨੇ ਕਿਹਾ ਸੀਗਾ ਇੱਥੇ ਆ ਜਾਓ, ਅਹਿਮਦ ਹੱਸੇ ਮੇਰੇ ਭਾਬੀ ਦੇ ਮਤਲਬ ਕਿ ਬੇਬੀ ਹੋਣ ਵਾਲਾ ਸੀਗਾ। ਤਾਂ ਫਿਰ ਅਸੀਂ ਇੱਧਰ ਆ ਗਏ। ਜਿਹੜਾ ਮੇਰਾ ਸੈਂਟਰ ਵਾਲਾ ਬ੍ਰਦਰ ਸੀ ਉਹ ਥੋੜ੍ਹਾ ਜਿਹਾ ਡਰੱਗਸ ਵੱਲ ਥੋੜ੍ਹਾ ਧਿਆਨ ਦਿੰਦਾ ਸੀਗਾ, ਤਾਂ ਮੇਰੇ ਭਰਾ ਨੂੰ ਸੀਗਾ ਕਿ ਮੈਂ ਵੀ ਨਾ ਉੱਧਰ ਨਸ਼ਿਆਂ 'ਤੇ ਲੱਗ ਜਾਂ। ਤਾਂ ਫਿਰ ਮੈਂ ਇੱਥੇ ਆ ਕੇ ਮੈਂ ਹੁਣ ਸਟੱਡੀ ਕਰਦਾ, ਮੈਂ ਇੱਥੇ ਬਹੁਤ ਵਧੀਆ ਰਹਿੰਦਾ ਵਾਂ।